बाबे नानक दी हट्टी जिथों सब कुछ तुसीं फ्री दे विच लै सकदे हो। गुरु नानक साहब दा फलसफा जिहड़ा दुनिया दे विच फैल रहा, ते तुसीं देख सकदे हो कि इत्थे बाईआं ने सारा कुछ साबणा सर्फ शैंपू जो भी चीजा चाहीदियां सारियां भरा साडे जिहड़े हैगे इत्थों वंडदे आ। हुण नाल दी नाल अंदरों भी दिखाउणा तुहानूं, देखो साबणा सर्फ शैंपू जो भी कदे सोचा नहीं होना किसी ने कि मॉल लग जाएंगे दिल्ली दी सड़कां ते, ते सब कुछ जिहड़ा हैगा फ्री दे विच लोकां नूं दित्ता जाऊगा। हर एक चीज है, इत्थों तक कि छातरियां भी, रेनकोट जो भी सब कुछ, चप्पलां जराबां ते आपां कहिए स्वैट शर्टां होर, मैं समझदा भी जो तुहाडे मूंह चों निकल गया इत्थों पा रही है कम आ गोड्यां वास्ते है। ते भरावां ने जिहड़ा हैगा अज गुरप्रीत कोटली नूं भी मैं समझदा मेरा आपदा जिहड़ा हैगा जी जैकेट जूट ते जिहड़े हैगा इनर खराब हो गए सीगे ते सारे सारे भरावां ने इत्थों लै के गया। सो गुरु नानक साहब दा फलसफा जिहड़ा हैगा दुनिया दे विच फैल रहा। मैं इह दावे नाल कह सकदा भी जिन्ना आपां कहिए धार्मिक प्रचार की गल करिए उन्ना 50 सालां च नहीं होया होना जिन्ना पिछले जिहड़ा हैगा 1-2 महीनियां दे विच होया। 26 जनवरी की 26 जनवरी की तैयारी वास्ते जिहड़ा स्पैशल कोर्ट आ देखो ਉਹ ਵੀ ਬਣਾ ਲਿਆ ਵੀ ਭਾਈ ਜੇਕਰ ਮੰਨ ਲਓ ਪਾਣੀ ਦੀਆਂ ਵਿਛਾੜਾਂ ਆਉਂਦੀਆਂ ਤਾਂ ਆਪਾਂ ਇਹ ਪਾ ਕੇ ਜਿਹੜਾ ਹੈਗਾ ਬਚਾਅ ਕਰ ਸਕਦੇ ਹਾਂ। ਇਹ ਚ ਖਾਲਸਾ ਜੀ ਕੀ ਕੀ ਖਾਸੀਅਤ ਹੈ? ਠੀਕ ਆ ਜੀ, ਅੱਛਾ ਨਾਲ ਬੂਟ ਅਲੱਗ ਠੀਕ ਆ ਜੀ। ਮਤਲਬ ਜਿਹੜਾ ਹੈਗਾ ਹੁਣ ਕਿਸਾਨ ਮੋਰਚੇ ਵਾਲਿਆਂ ਨੇ ਪੂਰੀ ਜਿਹੜਾ ਹੈਗਾ ਤਿਆਰੀ ਬੰਨੀ ਹੋਈ ਆ ਤੇ ਜਿਹੜੇ ਭਰਾ ਘਰਾਂ ਚ ਬੈਠੇ ਆ ਆਜੋ ਆ ਰੇਨਕੋਟ ਜਿਹੜਾ ਹੈਗਾ ਸਪੈਸ਼ਲ ਤੌਰ ਤੇ ਬਣਾਇਆ ਹੋਇਆ ਹੈ। ਆ ਜਿਹੜੇ ਹੈਗੇ ਆ ਪਾਣੀ ਵਾਸਤੇ ਸ਼ੂਜ਼ ਹੈ, ਜੁੱਤਿਆਂ ਵਾਸਤੇ ਸ਼ੂਜ਼ ਵੀ ਨਹੀਂ ਮਤਲਬ ਭਿੱਜਣਗੇ। ਅੱਛਾ ਸ਼ੂਜ਼ ਵੀ ਨਹੀਂ ਭਿੱਜਣਗੇ? ਹਾਂਜੀ ਮਤਲਬ ਫੁੱਲ ਸਪੋਰਟ ਆ, ਪੂਰੀ ਫੁੱਲ ਸਪੋਰਟ ਆ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਿਨਾਂ ਤੁਸੀਂ ਜੋ ਵੀ ਚੀਜ਼ ਆ ਇੱਥੋਂ ਆ ਕੇ ਫ੍ਰੀ ਚ ਲੈ ਸਕਦੇ ਹੋ। ਗਾਜੀਪੁਰ ਬਾਰਡਰ ਦੇ ਉੱਪਰ ਜਿਹੜਾ ਹੈਗਾ ਇੱਥੇ ਗੁਰੂ ਨਾਨਕ ਸਾਹਿਬ ਦੀ ਹੱਟੀ ਲੱਗੀ ਹੋਈ ਹੈ। ਰੇਨਕੋਟ ਵੀ ਦੇਖੋ ਜਿਹੜੇ ਹੈਗਾ ਮਾੜਾ ਖੋਲ ਕੇ ਵੀ ਦਿਖਾਈ ਦੇਗੇ ਯਾਰ ਇਧਰਲੇ ਪਾਸੇ ਇਹਦਾ। ਸੋ ਇਹ ਰੇਨਕੋਟ ਆਉਂਦੀ ਆ ਤਾਂ ਦਿੱਕਤ ਆਉਂਦੀ ਆ ਆਪਾਂ ਨੂੰ ਸੇਵਾ ਕਰਨ ਦੀ ਇੱਧਰ ਉੱਧਰ ਜਾਣ ਨੂੰ, ਉਸ ਕਰਕੇ ਮਤਲਬ ਦਿੱਕਤ ਜਿਹੜੀ ਆਉਂਦੀ ਆ ਉਹਨੂੰ ਵੇਖਦੇ ਆ ਤਾਂ ਰੇਨਕੋਟਾਂ ਦਾ ਰੇਨਕੋਟਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਦੇਖੋ। ਸੋ ਹੋਰ ਚੀਜ਼ਾਂ ਤਾਂ ਮਿਲਣਗੀਆਂ ਸਭ ਕੁਝ ਜਿਹੜਾ ਹੈਗਾ ਤੁਸੀਂ ਇੱਥੇ ਪ੍ਰਾਪਤ ਕਰ ਸਕਦੇ ਹੋ। ਸੋ ਵਾਹਿਗੁਰੂ ਨੇ ਇੰਨੇ ਕੁ ਆਪਾਂ ਕਹਿੰਦੇ ਭਾਗ ਲਾਏ ਹੋਏ ਆ ਬਾਬੇ ਨਾਨਕ ਨੇ, ਠੀਕ ਹੈ ਕਿ ਉਹਨਾਂ ਦਾ ਜਿਹੜਾ ਫਲਸਫਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਣ ਵੋ ਤੌਲਗੇ ਜੋ ਮਰਜ਼ੀ ਲਓ ਹਰ ਇੱਕ ਚੀਜ਼ ਬਿਲਕੁਲ ਛਾਤਰੀਆਂ ਦਾ ਵੀ ਪ੍ਰਬੰਧ ਕਰੀ ਬੈਠਿਆ। ਸੋ ਜਿਹੜਾ ਹੈਗਾ ਬਸ ਆਓ ਯਾਰ, ਬਸ ਤੁਹਾਡੇ ਆਉਣ ਦੀ ਦੇਰ ਹੈ, ਕੋਈ ਚੀਜ਼ ਦਾ ਘਾਟਾ ਨਹੀਂ। ਗੁਰੂ ਨਾਨਕ ਦਾ ਦਰ ਜਿਹੜਾ ਹਮੇਸ਼ਾ ਤੁਹਾਡੇ ਵਾਸਤੇ ਖੁੱਲ੍ਹਾ ਹੈ ਤੇ ਬਾਈ ਵਰਗੇ ਰਜਾਈਆਂ ਰਜੂਆਂ ਦਾ ਵਾਧੂ ਪ੍ਰਬੰਧ ਕਰੀ ਬੈਠਿਆ। ਜੇ ਕਿਸੇ ਨੂੰ ਲੋੜ ਆ ਦਰੀਆਂ ਦੇਖ ਲਓ, ਹੋਰ ਜਿਹੜੀਆਂ ਚੀਜ਼ਾਂ ਕੁਝ ਵੀ ਚਾਹੀਦਾ, ਕਿਸੇ ਲਾਈਨ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਹਾਨੂੰ ਕੋਈ ਟੋਕਨ ਕਟਾਉਣ ਦੀ ਲੋੜ ਨਹੀਂ ਪੈਂਦੀ ਬਾਈ। ਇੱਥੇ ਸਿੱਧਾ ਆਓ ਤੇ ਆਪਦਾ ਜਿਹੜਾ ਹੈਗਾ ਸਮਾਨ ਪ੍ਰਾਪਤ ਕਰਕੇ ਤੁਸੀਂ ਜਿਹੜਾ ਹੈਗਾ ਚਲੇ ਜਾ ਸਕਦੇ ਹੋ। ਇਹ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੱਟੀ ਹੈ, ਇੱਥੇ ਬਾਬੇ ਨਾਨਕ ਨੇ ਜਿਹੜਾ ਹੈਗਾ 20 ਦਾ ਲੰਗਰ ਚਲਾਇਆ, ਉਹ ਨਹੀਂ ਦੁਨੀਆਂ ਦੇ ਵਿੱਚ ਮੁੱਕਿਆ ਬਾਈ। ਇਹ ਕਿਸੇ ਖਾਸ ਸੰਸਥਾ ਵੱਲੋਂ ਆ ਜਾਂ ਆਪਾਂ ਕਹਿੰਦੇ ਸਾਰਿਆਂ ਦੇ ਤੇਰ ਮੇਰ ਨਾਲ ਚੱਲਦਾ, ਸਾਰਿਆਂ ਦੇ ਸਹਿਯੋਗ ਨਾਲ ਆ ਵੀ ਆਪਾਂ ਕੋਈ ਖਾਸ ਸੰਸਥਾ ਨਹੀਂ, ਵੀ ਆ ਜਾਂਦੇ ਆ ਲੋਕ ਦੇ ਜਾਂਦੇ ਆ ਤੁਸੀਂ ਵਰਤਾ ਦਿੰਦੇ ਹੋ। ਬਿਲਕੁਲ ਬਿਲਕੁਲ, ਦੇਖੋ ਆਪਣੇ ਆਪ ਵਾਹਿਗੁਰੂ ਵਿੱਚ ਵਸ ਕੇ ਜਿਹੜਾ ਹੈਗਾ ਸਾਰੇ ਕਾਰਜ ਕਰਾ ਰਿਹਾ। ਇੱਧਰ ਵੀ ਦਿਖਾ ਦਿੰਦੇ, ਦਿਖਾ ਇੱਧਰੋਂ ਜਿਹੜਾ ਹੈਗਾ ਤਾਂ ਚੀਜ਼ਾਂ ਦਿਖਾਈ ਦਿੱਤੀਆਂ, ਕੰਬਲਾਂ ਦਾ ਸਟਾਕ ਹੈ, ਕੰਬਲਾਂ ਹੀ ਕੰਬਲ ਪਏ ਆ। ਮੈਨੂੰ ਲੱਗਦਾ ਬਾਈ ਕਈ ਵਾਰੀ ਦੇਣ ਵਾਲੇ ਇੰਨੇ ਆ ਜਾਂਦੇ ਉਹਨੇ ਮੋੜਨੇ ਵੀ ਪੈਂਦੇ ਹੋਣੇ ਬਾਈ, ਸਾਡੇ ਕੋਲ ਥਾਂ ਨਹੀਂ ਰੱਖਣ ਨੂੰ ਹਨਾ। ਹਾਂਜੀ ਅਲੋਈਆਂ ਟਾਈਪ ਦੇ ਕੰਬਲ ਆਏ ਆ ਬਾਈ। ਸੋ ਦੇਖੋ ਜਿਹੜਾ ਹੈਗਾ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਜਿੱਥੇ ਆਪਾਂ ਕਹਿੰਦੇ ਜ਼ੁਲਮ ਕਰਨ ਵਾਲਿਆਂ ਦਾ ਤੇ ਉੱਥੇ ਜਿਹੜਾ ਹੈਗਾ ਪੁੰਨ ਕਰਨ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਗਾ ਸਾਰਿਆਂ ਦਾ। ਸੋ ਇਸ ਤਰ੍ਹਾਂ ਦੇ ਕੰਬਲ ਆਇਆ, ਮੈਂ ਪੁੱਛਦਾ ਸੀਗਾ ਫਿਰ ਕਈ ਵਾਰੀ ਸਟਾਕੇਜ ਦੀ ਪਰੇਸ਼ਾਨੀ ਹੋ ਜਾਂਦੀ ਹੋਣੀ ਆ ਵੀ ਭਾਈ ਚੀਜ਼ਾਂ ਰੱਖਣ ਨੂੰ ਘੱਟ ਰਹਿ ਜਾਣ। ਤਰਪਾਲ ਪਾ ਕੇ ਟੀਨਾ ਪਾਈਆਂ, ਪੱਕਾ ਪ੍ਰਬੰਧ ਆ
क्योंकि चीजा खराब हो जाने मीह नेरिया का मौसम पक्का जरा है मोर्चे ला रखे है। सो जिन्ना चीक फतेह नहीं होंगी उन्ना चीक जरा है मोर्चे चलते रहे। अच्छा छब्बी तो बाद भाई कहना इट सरगा भी लिया के हो सकता पक्का ही प्रबंध कर दे। सो इत हर एक चीज तुम प्राप्त कर सकते हो बी कोई घाटा नहीं गा देने वालों का प्राप्त करने वालों का। बस आओ आओ जरूर गद्दे जिन्ना मर्जी कुछ लो बस थोड़े आने की देर है। तो संगतों को बेनती है भी वो तो गिनती आओ तो जे किसी गाजीपुर बार्डर से लोड़ पैंदी है तो तुसीं बाबे नानक की हट्टी तो जिहड़ा हैगा सब कुछ प्राप्त कर सकते हो। ताडा सारा वीरां दा भरा जिहड़े सेवा करदे इन्हां दा भी धन्नवाद है।